ਹਾਂਜੀ ਭਾਈਆਂ ਕੀ ਹਾਲ ਚਾਲ ਆ ਸਾਰਾ ਦੇਖੋ ਸਕੂਲ ਦਾ ਫੈਸਟੀਵਲ ਹੋ ਗਿਆ ਦੇਖੋ ਭਾਈ ਅਸੀਂ ਉੱਥੇ ਆਏ ਹੋਏ ਹਾਂ ਵੀਡੀਓ ਕਵਰ ਕਰਨ ਵਾਸਤੇ ਹਾਂਜੀ ਭਾਈਆ ਅਸੀਂ ਹੁਣ ਇਹਨਾਂ ਦਾ ਕਰਾਂਗੇ ਇੰਟਰਵਿਊ ਆ ਸਕੂਲ ਦੇ ਵਿੱਚ ਸਟੂਡੈਂਟ ਸਾਡੇ ਕੋਲ ਮੌਜੂਦ ਹੈ ਹੁਣ ਦੱਸਣਗੇ ਆਪਣੇ ਆਪਣੇ ਉਸਤਾਦਾਂ ਦੇ ਬਾਰੇ ਠੀਕ ਹੈ ਚਲੋ ਉਸਤਾਦ ਬਹੁਤ ਅੱਛੇ ਪੜ੍ਹਾਉਂਦੇ ਆ ਪਰ ਜਿਹੜਾ ਮੇਰਾ ਫੇਵਰੇਟ ਇੱਕ ਅੱਛਾ ਹੁੰਦਾ ਹੈ ਨਾ ਹਾਂਜੀ ਪਰ ਮੇਰਾ ਜਿਹੜਾ ਫੇਵਰੇਟ ਉਸਤਾਦ ਆ ਲੜਕਾ ਸਾਹਿਬ ਕਿਆ ਆਪਣਾ ਸਰ ਫੇਵਰੇਟ ਆ ਇੰਗਲਿਸ਼ ਦਾ ਉਹਨਾਂ ਅਸਲਾਮ ਅਲੈਕੁਮ ਤੁਹਾਨੂੰ ਪਤਾ ਜੀ ਜਸ਼ਨ ਬਹਾਰਾਂ ਬੇਨਜ਼ੀਰ ਪਾਰਕ ਦੇ ਵਿੱਚ ਸ਼ੋਅ ਵਗੈਰਾ ਹੋ ਰਹੇ ਆ ਕਾਲਜ ਸਕੂਲ ਦੀ ਤਰਫ ਤੋਂ ਅਤੇ 2-3 ਸਾਲ ਵਿੱਚ ਪਹਿਲੇ ਕਰੋਨਾ ਸੀ ਕਰੋਨਾ ਦੀ ਵਜ੍ਹਾ ਤੋਂ ਕਿਸੇ ਸਾਲ ਵੀ ਇਹ ਸ਼ੋਅ ਵਗੈਰਾ ਨਹੀਂ ਹੋਇਆ ਅਲਹਮਦੁਲਿਲਾ ਇਹ ਜਿਹੜੀਆਂ ਰੌਣਕਾਂ ਫਿਰ ਦੁਬਾਰਾ ਬਹਾਲ ਹੋ ਰਹੀਆਂ ਵਾ ਅਤੇ ਬੱਚੇ ਬਥੇਰੀ ਇੰਜੋਏ ਕਰ ਰਹੇ ਆ ਇੱਥੇ ਵੱਡੇ ਵੀ ਆਏ ਆ ਛੋਟੇ ਵੀ ਆਏ ਆ ਸ਼ਹਿਰ ਦੇ ਵਿੱਚੋਂ ਵੀ ਬੰਦੇ ਆਏ ਹੋਏ ਆ ਅਤੇ ਉਹ ਇੰਜੋਏ ਕਰ ਰਹੇ ਆ ਭਾਵੀ ਕਾ ਸ਼ੇਅਰ ਸੁਣਾਉਣਾ ਚਾਹਤਾ ਹੂੰ ਸੁਣੀਏਗਾ ਅਗਰ ਅੱਛਾ ਲਗਾ ਤੋ ਜ਼ਰੂਰ ਦੱਸ ਦੇਣਾ ਜਬ ਬਾਰਿਸ਼ ਗਿਰਨੇ ਸੇ ਖੁਸ਼ਬੂ ਫੂਟੀ ਹੈ ਮਿੱਟੀ ਕੋ ਵੀ ਇਲਮ ਹੈ ਬਾਰਿਸ਼ ਝੂਠੀ ਹੈ ਏਕ ਰਿਸ਼ਤੇ ਕੋ ਲਾਪਰਵਾਹੀ ਲੈ ਡੂਬੀ ਏਕ ਰੱਸੀ ਢੀਲੀ ਪੜਨੇ ਪੇ ਟੂਟੀ ਹੈ ਨੌ ਸੇ ਪੂਛੋ ਪੀਛੇ ਰਹਿ ਜਾਣੇ ਵਾਲੋ ਕਸ਼ਤੀ ਛੂਟੀ ਹੈ ਜਾਂ ਦੁਨੀਆ ਛੂਟੀ ਹੈ ਕਭੀ ਪਲਟ ਕੇ ਆਏ ਤੋ ਸਭ ਸੇ ਪਹਿਲੇ ਤੁਮੇ ਮਿਲੇਂਗੇ ਉਸੀ ਜਗ੍ਹਾ ਜਹਾਂ ਸੇ ਕਈ ਰਾਸਤੇ ਮਿਲੇਂਗੇ ਕਭੀ ਤੇਰੇ ਨਾਮ ਕੀ ਹੋਗੀ ਜੰਗ ਹਮ ਜੈਸੇ ਵੀ ਬੁਸਦੀ ਲਾ ਕੋ ਪਹਿਲੀ ਸਭ ਤੇ ਖੜੇ ਮਿਲੇਂਗੇ ਬਸ ਹਾਂਜੀ ਭਾਈ ਆਨ ਕੀ ਹਾਲ ਚਾਲ ਆ ਸਰ ਠੀਕ ਹੋ ਸਰ ਆ ਦੇਖੋ ਆਪਣੇ ਬਹੁਤ ਹੀ ਪਿਆਰੇ ਦੋਸਤ ਭੈਣ ਸਕੂਲੋਂ ਭਾਈ ਫੈਸਟੀਵਲ ਇਵੈਂਟ ਦੇ ਵਿੱਚ ਆਏ ਹੋਏ ਸੀ ਭੈਣ ਇਹਨਾਂ ਨੂੰ ਫੈਸਟੀਵਲ ਦੇਖੋ ਖਤਮ ਹੋ ਗਿਆ ਵਾ ਇਹ ਹੁਣ ਘਰਾਂ ਨੂੰ ਜਾ ਰਿਹਾ ਭੈਣ ਇਹਨਾਂ ਦੀ ਕਵਰੇਜ ਬਿਲਕੁਲ ਓਕੇ ਹੋ ਗਿਆ ਕਿਉਂ ਭਾਈ ਆਨ ਓਕੇ ਆ ਤਾਂ ਭਾਈ ਨੂੰ ਜਿੰਨਾ ਜਿੰਨਾ ਹੋ ਸਕੇ ਭਾਈ ਨੂੰ ਜਿਹੜਾ ਸਪੋਰਟ ਕਰੋ ਔਰ ਚੈਨਲ ਨੂੰ